ਦੋਸਤੋ ਜਿਵੇਂ ਹੀ ਆਪਣਾ ਝੋਨਾ ਨਿਸਾਰੇ ਵੱਲ ਵੱਧਦਾ ਜਾਂ ਨਿਸਰ ਜਾਂਦਾ ਤਾਂ ਆਪਣੇ ਮਨ ਵਿੱਚ ਹੁੰਦਾ ਕਿ ਹੁਣ ਕਿਹੜੀ ਸਪਰੇ ਨਾਲ ਫਸਲ ਦੇ ਝਾੜ ਨੂੰ ਵਧਾਇਆ ਜਾਵੇ। ਫਿਰ ਆਪਾਂ ਬਾਜ਼ਾਰ ਵਿੱਚੋਂ ਆਪਣੀ ਪੂਰੀ ਛਿੱਲ ਲਵਾਉਂਦੇ ਹਾਂ। ਵੈਸੇ ਤਾਂ ਆਪਾਂ ਝੋਨਾ ਲਾਉਣ ਸਮੇਂ ਤੋਂ ਲੈ ਕੇ ਹੀ ਆਪਣੀ ਛਿੱਲ ਲਵਾਉਂਦੇ ਹਾਂ, ਪਰ ਇੱਕ ਗੱਲ ਜ਼ਰੂਰ ਦਿਮਾਗ ਵਿੱਚ ਰੱਖਿਓ ਕਿ ਐਵੇਂ ਦਾ ਕੋਈ ਫਾਰਮੂਲਾ ਨਹੀਂ ਹੁੰਦਾ ਜਾਂ ਕੋਈ ਸਪਰੇ ਨਹੀਂ ਹੁੰਦੀ ਜਿਹਦੇ ਨਾਲ ਝੋਨੇ ਦਾ ਇਕੱਠਾ ਹੀ 5 ਕੁਇੰਟਲ ਝਾੜ ਵੱਧੇ ਜਾਂ ਜ਼ਿਆਦਾ ਵਧੇ ਤੂੰ। ਪਰ ਆਪਾਂ ਕੁਛ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਕੁਛ ਹੱਦ ਤੱਕ ਝਾੜ ਵਧਾ ਸਕਦੇ ਹਾਂ। ਉਹ ਕਿਹੜੀਆਂ ਗੱਲਾਂ ਨੇ ਉਹਨਾਂ ਬਾਰੇ ਹੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ, ਜਿਨ੍ਹਾਂ ਵੀਰਾਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤਾਂ ਜੋ ਹਰ ਖੇਤੀ ਸੰਬੰਧੀ ਜਾਣਕਾਰੀ ਤੁਹਾਡੇ ਫੋਨ ਤੱਕ ਪਹੁੰਚ ਸਕੇ। ਅਤੇ ਦੋਸਤੋ, ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਹੋਰ ਕਿਸਾਨ ਵੀਰਾਂ ਕੋਲ ਵੀ ਜਾਣਕਾਰੀ ਪਹੁੰਚ ਸਕੇ। ਕਿਸਾਨ ਵੀਰੋ, ਆਪਾਂ ਇਸ ਸਮੇਂ 'ਤੇ NPK ਦੇ ਨਾਲ ਬੋਰਨ ਦੀ ਸਪਰੇ ਕਰਦੇ ਹਾਂ। ਕਈ ਵੀਰ ਗੋਹ ਭਰਨ ਸਮੇਂ ਕਰਦੇ ਆ ਅਤੇ ਕਈ ਨਿਸਾਰੇ ਤੋਂ ਬਾਅਦ, ਪਰ ਇਸ ਦਾ ਸਹੀ ਸਮਾਂ ਕਿਹੜਾ ਕਰਨ ਦਾ? ਦੋਸਤੋ, ਜਦੋਂ ਆਪਾਂ NPK ਜਾਂ ਬੋਰਨ ਨਿਸਾਰੇ ਤੋਂ ਬਾਅਦ ਕਰਦੇ ਹਾਂ ਤਾਂ ਉਹਦੇ ਨਾਲ ਦਾਣਿਆਂ ਵਿੱਚ ਨਿਊਟ੍ਰੀਐਂਟ ਦਾ ਵਾਧਾ ਹੁੰਦਾ ਪਰ ਝਾੜ ਵਿੱਚ ਬਾਹਲਾ ਫਾਇਦਾ ਨਹੀਂ ਹੁੰਦਾ। ਇਸ ਲਈ ਜਦੋਂ ਝੋਨਾ ਗੋਭ 'ਚ ਹੁੰਦਾ ਉਦੋਂ ਹੀ ਇਹਨਾਂ ਤਾਕਤ ਵਾਲੀਆਂ ਸਪਰੇਆਂ ਦਾ ਫਾਇਦਾ ਹੁੰਦਾ ਅਤੇ ਉਹਦੇ ਨਾਲ ਝੋਨੇ ਦੀ ਫੋਕ ਵੀ ਘਟਦੀ ਹੈ। ਫੋਕ ਘਟੂਗੀ ਤਾਂ ਝਾੜ ਵਿੱਚ ਵਾਧਾ ਹੋਊਗਾ। ਤਾਂ ਇਸ ਕਰਕੇ NPK ਅਤੇ ਬੋਰਨ ਦੀ ਸਪਰੇ ਬਾਅਦ ਵਿੱਚ ਕੀਤੀ ਦਾ ਕੋਈ ਬਾਹਲਾ ਆਪਾਂ ਨੂੰ ਫਾਇਦਾ ਨਹੀਂ ਹੁੰਦਾ। ਦੋਸਤੋ, ਆਪਣੀ ਫਸਲ ਦਾ ਝਾੜ ਸ਼ੁਰੂ ਵਿੱਚ ਪਾਈਆਂ ਖਾਦਾਂ ਅਤੇ ਨਿਊਟ੍ਰੀਐਂਟ 'ਤੇ ਨਿਰਭਰ ਕਰਦਾ। ਅਗਰ ਸ਼ੁਰੂ ਤੋਂ ਹੀ ਫਸਲ ਨੂੰ ਸਹੀ ਖੁਰਾਕ ਅਤੇ ਸਹੀ ਸਮੇਂ 'ਤੇ ਦਿੱਤੀ ਹੋਵੇ ਤਾਂ ਝਾੜ ਵਧੀਆ ਰਹੂ। ਹੁਣ ਦੂਸਰੀ ਗੱਲ ਇਹ ਹੈ ਕਿ ਕਈ ਵੀਰ ਇਹ ਸੋਚਦੇ ਆ ਕਿ ਫੰਗੀਸਾਈਡ ਨਾਲ ਝਾੜ ਵੱਧਦਾ। ਇਹਦਾ ਉੱਤਰ ਹੈ ਕਿ ਬਿਲਕੁਲ ਨਹੀਂ। ਫੰਗੀਸਾਈਡ ਸਿਰਫ ਫੰਗਸ ਨੂੰ ਹੀ ਕੰਟਰੋਲ ਕਰੂਗਾ ਅਤੇ ਸਹੀ ਸਮੇਂ 'ਤੇ ਕੀਤਾ ਫੰਗੀਸਾਈਡ ਫੰਗਸ ਦੇ ਰੋਗਾਂ ਨੂੰ ਕੰਟਰੋਲ ਕਰੂਗਾ। ਅਗਰ ਆਪਣੀ ਫਸਲ 'ਤੇ ਫੰਗਸ ਦੇ ਰੋਗ ਨਹੀਂ ਹੋਣਗੇ ਤਾਂ ਆਪਣੇ ਆਪ ਹੀ ਆਪਣੀ ਫਸਲ ਦਾ ਝਾੜ ਵੀ ਸਹੀ ਰਹੂ। ਜਦੋਂ ਝੋਨਾ ਨਿਸਾਰੇ ਵੱਲ ਵੱਧਦਾ ਤਾਂ ਮੁੱਖ ਗੱਲ ਇਹ ਹੈ ਝੋਨੇ ਵਿੱਚ ਪਾਣੀ ਦੀ ਪੂਰਤੀ। ਅਗਰ ਇਸ ਸਮੇਂ ਝੋਨੇ ਨੂੰ ਸੋਕਾ ਲੱਗ ਗਿਆ ਤਾਂ ਫੋਕ ਪਊਗੀ ਅਤੇ ਝਾੜ ਘਟੂਗਾ। ਜਿੰਨਾ ਟਾਈਮ ਦੁੱਧਾ ਭਰਨਾ ਸ਼ੁਰੂ ਨਹੀਂ ਹੁੰਦਾ ਜਾਂ ਕਹਿ ਲਈਏ ਜਿੰਨਾ ਟਾਈਮ ਬੂਰ ਰਹੂਗਾ ਉਨਾ ਟਾਈਮ ਝੋਨੇ ਵਿੱਚ ਪਾਣੀ ਰੱਖੋ। ਇਹਦੇ ਨਾਲ ਆਪਣੀ ਫਸਲ ਵਿੱਚ ਫੋਕ ਘੱਟ ਪਊਗੀ। ਸਭ ਤੋਂ ਮੇਨ ਚੀਜ਼ ਜਿਸ 'ਤੇ ਫਸਲ ਦਾ ਝਾੜ ਸਭ ਤੋਂ ਵੱਧ ਡਿਪੈਂਡ ਕਰਦਾ ਉਹ ਹੈ ਮੌਸਮ। ਅਗਰ ਮੌਸਮ ਫਸਲ ਦੇ ਅਨੁਕੂਲ ਰਹਿੰਦਾ ਤਾਂ ਫਸਲ ਦਾ ਝਾੜ ਵਧੀਆ ਮਿਲੂ। ਜਿਹੜੀਆਂ ਚੀਜ਼ਾਂ ਆਪਾਂ ਕਰ ਸਕਦੇ ਹਾਂ ਉਹਨਾਂ ਦੇ ਕਰਨ ਦੇ ਨਾਲ ਨਾਲ ਅਗਰ ਮੌਸਮ ਆਪਣਾ ਸਾਥ ਦਿੰਦਾ ਤਾਂ ਫਸਲ ਦਾ ਝਾੜ ਵੀ ਵਧੀਆ ਰਹਿੰਦਾ। ਇੱਕ ਗੱਲ ਹੋਰ ਸਾਂਝੀ ਕਰਨਾ ਚਾਹਾਂਗਾ ਕਿ ਜਿਸ ਸਮੇਂ ਫਸਲ ਨੂੰ ਬੂਰ ਪਿਆ ਹੁੰਦਾ ਉਸ ਸਮੇਂ ਝੋਨੇ 'ਚ ਨਾ ਵੜੋ ਡਰੰਮੀ ਚੱਕ ਕੇ। ਇਹਦੇ ਨਾਲ ਬੂਰ ਝੜੂਗਾ ਅਤੇ ਝਾੜ ਵਿੱਚ ਕਮੀ ਆਊਗੀ ਅਤੇ ਆਪਣੇ ਦਾਣੇ ਵੀ ਦਾਗੀ ਹੋਣਗੇ। ਦੋਸਤੋ, ਉਮੀਦ ਹੈ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖੋਗੇ ਅਤੇ ਦਿਮਾਗ ਵਿੱਚ ਇਹ ਗੱਲ ਜ਼ਰੂਰ ਰੱਖਣੀ ਹੈ ਕਿ ਝਾੜ ਵਧਾਉਣ ਦਾ ਕੋਈ ਫਾਰਮੂਲਾ ਨਹੀਂ ਹੁੰਦਾ। ਸਮੇਂ ਸਿਰ ਦਿੱਤੀ ਖੁਰਾਕ, ਸਮੇਂ ਸਿਰ ਦਿੱਤਾ ਪਾਣੀ, ਫਸਲ ਨੂੰ ਸੋਕਾ ਨਾ ਲੱਗਣ ਦੇਣਾ ਅਤੇ ਸਭ ਤੋਂ ਵੱਡਾ ਫੈਕਟਰ ਹੈ ਮੌਸਮ। ਅਗਰ ਇਹ ਫਸਲ ਦੇ ਅਨੁਕੂਲ ਹੈ ਤਾਂ ਵਧੀਆ ਰਿਜ਼ਲਟ ਆਪਾਂ ਨੂੰ ਮਿਲਣਗੇ, ਆਪਣੀ ਫਸਲ ਦਾ ਝਾੜ ਵਧੀਆ ਨਿਕਲੂਗਾ। ਤਾਂ ਦੋਸਤੋ, ਉਮੀਦ ਕਰਦਾ ਇਹ ਦਿੱਤੀ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਵੇਗੀ। ਇਸ ਜਾਣਕਾਰੀ ਤੋਂ ਤੁਸੀਂ ਵਾਧੂ ਦੀ ਲੁੱਟ ਤੋਂ ਵੀ ਬਚੋਗੇ। ਅਗਰ ਦਿੱਤੀ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਕਰੋ ਲਾਈਕ ਅਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਘੰਟੀ ਵਾਲੇ ਬਟਨ 'ਤੇ ਜ਼ਰੂਰ ਕਲਿੱਕ ਕਰ ਦਿਓ ਤਾਂ ਜੋ ਹਰ ਨਵੀਂ ਅਪਡੇਟ ਤੁਹਾਡੇ ਫੋਨ ਤੱਕ ਪਹੁੰਚ ਸਕੇ। ਧੰਨਵਾਦ।